सत श्री अकाल। तुसी देख रहे हो ताकत पंजाब। मैं तुहाडे नाल सुखविंदर सिंह, मेरे नाल उगे सिख विद्वान प्रोफेसर सुखदयाल सिंह जी मौजूद ने। स्वागत है तुहाडा प्रोफेसर साहब। धन्यवाद सुखविंदर, बहुत बहुत धन्यवाद प्रोफेसर। अज सरबत खालसा सदन नूं लैके चर्चावां शुरू होईआं अमृतपाल सिंह होरां दे कहण तों बाद। मैं चाहांगा कि असीं इतिहासक पिछोकड़ दे उत्ते नजर मारदे आं तां सरबत खालसा दी रवायत जिहड़ी है ਉਹ ਕਿੰਨੀ ਕੁ ਅਹਿਮੀਅਤ ਰੱਖਦੀ ਹੈ ਸਿੱਖ ਕੌਮ ਲਈ, ਜਾਂ ਕਦੋਂ ਕੁ ਸੱਦਿਆ ਜਾਣਾ ਚਾਹੀਦਾ ਹੈ, ਕਿਹੜੇ ਹਾਲਾਤ ਜਿਹੜੇ ਨੇ ਉਹ ਸਰਬੱਤ ਖਾਲਸਾ ਸੱਦਣ ਦੇ ਲਈ ਠੀਕ ਕਹਿੰਦੇ ਨੇ? ਸੁਖਵਿੰਦਰ, ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸਦਿਆਂ, ਜੋ ਮੈਂ ਹੁਣ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ ਦਾ ਅਧਿਐਨ ਕੀਤਾ ਉਹਦੇ ਅਨੁਸਾਰ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1925 ਦੇ ਐਕਟ ਤਹਿਤ ਬਣੀ ਹੈ, ਇਹਦਾ ਸਰਬੱਤ ਖਾਲਸਾ ਨਾਲ ਕੋਈ ਤਾਲਕਾਤ ਹੀ ਨਹੀਂ ਹੈ, ਨਾ ਇਹਦੇ ਜਥੇਦਾਰ ਦਾ ਕੋਈ ਤਾਲਕਾਤ ਹੈ। ਗੁਰਦੁਆਰਾ ਐਕਟ ਨੇ ਸਰਬੱਤ ਖਾਲਸੇ ਨੂੰ ਵੀ ਖਤਮ ਕਰ ਦਿੱਤਾ, ਸਰਬੱਤ ਖਾਲਸੇ ਦੀ ਮਹੱਤਤਾ ਨੂੰ ਵੀ ਖਤਮ ਕਰ ਦਿੱਤਾ ਹੈ। ਸ਼੍ਰੋਮਣੀ ਕਮੇਟੀ ਆਪਣੇ ਆਪ ਦੇ ਵਿੱਚ ਹੀ ਸਰਬੱਤ ਖਾਲਸਾ ਸਮਾਗਮਾਂ ਤੋਂ ਬਹੁਤ ਡਰਦੀ ਆ ਰਹੀ ਹੈ ਮੁੱਢ ਤੋਂ। ਮੈਂ ਜਦੋਂ ਵੀ ਕਿਤੇ ਸ਼੍ਰੋਮਣੀ ਕਮੇਟੀ ਦੇ ਬੰਦਿਆਂ ਨਾਲ ਸਰਬੱਤ ਖਾਲਸਾ ਸਮਾਗਮ ਬਾਰੇ ਗੱਲ ਕੀਤੀ ਹੈ, ਇਹਨਾਂ ਨੇ ਹਮੇਸ਼ਾ ਇਸ ਨੂੰ ਬੀਤ ਚੁੱਕੇ ਸਮੇਂ ਦੀ ਗੱਲ ਹੀ ਕਿਹਾ ਹੈ। ਜਥੇਦਾਰ ਸਾਡਾ ਜੋ ਸ਼੍ਰੋਮਣੀ ਕਮੇਟੀ ਵੱਲੋਂ ਬਣਾਇਆ ਜਾਂਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ, ਇਹ ਸਰਬੱਤ ਖਾਲਸਾ ਸਮਾਗਮਾਂ ਦੇ ਨਿਯਮਾਂ ਦੇ ਅਨੁਸਾਰ ਇਹਦੀ ਪਦਵੀ ਠੀਕ ਹੀ ਨਹੀਂ ਹੈ। ਨਿਯਮਾਂ ਦੇ ਅਨੁਸਾਰ ਜਿਹੜੇ ਸਰਬੱਤ ਖਾਲਸਾ ਦੇ ਨਿਯਮ ਨੇ, ਉਹਨਾਂ ਨਿਯਮਾਂ ਦੇ ਅਨੁਸਾਰ ਇਸ ਜਥੇਦਾਰ ਦੀ ਨਾ ਨਿਯੁਕਤੀ ਹੁੰਦੀ ਹੈ, ਨਾ ਇਹਦੀ ਪਦਵੀ ਨਿਯਤ ਕੀਤੀ ਗਈ ਹੈ। ਇਹਦੀ ਨਿਯੁਕਤੀ ਕਰਨ ਦੇ ਸਾਰੇ ਅਧਿਕਾਰ, ਇਹਦੀ ਇਹਨੂੰ ਬਰਖਾਸਤ ਕਰਨ ਦੇ ਸਾਰੇ ਅਧਿਕਾਰ, ਇਹਦੀ ਤਨਖਾਹਾਂ ਫਿਕਸ ਕਰਨ ਦੇ ਸਾਰੇ ਅਧਿਕਾਰ, ਜੇ ਕੋਈ ਤਨਖਾਹ ਹੁੰਦੀ ਹੈ ਇਹਦੀ, ਉਹ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਨੇ, ਜਿਹੜੀ ਕਿ 1925 ਦੇ ਇੱਕ ਐਕਟ ਰਾਹੀਂ ਬਣੀ ਹੋਈ ਹੈ। ਸਮਝ ਗਏ ਤੁਸੀਂ? ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦਾ ਸੋਵਰਨ ਅਸਥਾਨ ਹੈ, ਸਰਬ ਉੱਚ ਅਸਥਾਨ, ਪ੍ਰਭੂ ਸਤਾਸ਼ਾਲੀ ਅਸਥਾਨ। ਪ੍ਰਭੂ ਸਤਾਸ਼ਾਲੀ ਅਸਥਾਨ ਉਹ ਹੁੰਦਾ ਹੈ ਸਰਬ ਉੱਚ ਅਸਥਾਨ, ਜਿਹੜਾ ਕਿਸੇ ਐਕਟ ਦੇ ਅਧੀਨ ਨਹੀਂ ਹੋ ਸਕਦਾ, ਕਿਸੇ ਐਕਟ ਦੇ ਅਧੀਨ ਨਹੀਂ ਹੋ ਸਕਦਾ, ਕਿਸੇ ਸਰਕਾਰ ਦੇ ਅਧੀਨ ਨਹੀਂ ਹੋ ਸਕਦਾ, ਕਿਸੇ ਸੰਸਥਾ ਦੇ ਅਧੀਨ ਨਹੀਂ ਹੋ ਸਕਦਾ। ਸ੍ਰੀ ਅਕਾਲ ਤਖਤ ਸਾਹਿਬ ਜੇ ਕਿਸੇ ਦੇ ਅਧੀਨ ਹੋ ਸਕਦਾ ਹੈ ਤਾਂ ਉਹ ਖਾਲਸਾ ਪੰਥ ਦੇ ਅਧੀਨ ਹੀ ਹੋ ਸਕਦਾ ਹੈ। ਖਾਲਸਾ ਪੰਥ ਨੇ ਹੀ ਜਥੇਦਾਰ ਸਾਹਿਬ ਦੀ ਨਿਯੁਕਤੀ ਕਰਨੀ ਹੈ। ਖਾਲਸਾ ਪੰਥ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿਰ ਜੋੜ ਕੇ ਬੈਠ ਕੇ ਜਦੋਂ ਸਰਬੱਤ ਖਾਲਸਾ ਗੁਰਮਤਾ ਕਰੇਗਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਸਿਰ ਜੋੜ ਕੇ ਬੈਠ ਕੇ ਜਦੋਂ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਮਤਾ ਕਰੇਗਾ, ਉਸ ਗੁਰਮਤੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕੀਤੀ ਜਾਵੇਗੀ, ਤਾਂ ਜਾ ਕੇ ਉਹ ਪੰਥ ਪ੍ਰਵਾਨਿਤ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਖਵਾਏਗਾ। ਹੁਣ ਤੁਸੀਂ ਦੱਸੋ ਇਹਦੀ ਨਿਯੁਕਤੀ ਕਿੱਥੇ ਖਾਲਸਾ ਪੰਥ ਵੱਲੋਂ ਹੁੰਦੀ ਹੈ? ਇਹਦੀ ਬਰਖਾਸਤਗੀ ਕਿੱਥੇ ਖਾਲਸਾ ਪੰਥ ਵੱਲੋਂ ਹੁੰਦੀ ਹੈ? ਇਹਦੇ ਨਿਯਮ, ਇਹਦੇ ਸਿਧਾਂਤ, ਜੋ ਇਹਦੀ ਨਿਯੁਕਤੀ ਦੇ ਨਿਯਮ ਨੇ, ਜੋ ਇਹਦੀ ਯੋਗਤਾ ਦੇ ਨਿਯਮ ਨੇ, ਕਿਹੜੇ ਖਾਲਸਾ ਪੰਥ ਨੇ ਹੁਣ ਤੱਕ ਉਹ ਨਿਯਤ ਕੀਤੇ ਨੇ? ਜਦੋਂ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਵਿਅਕਤੀ ਨੂੰ ਚਾਹੇ ਆਪਦੀ ਮਰਜ਼ੀ ਨਾਲ ਬਿਨਾਂ ਕਿਸੇ ਸੰਸਥਾਵਾਂ ਨਾਲ ਸਲਾਹ ਕੀਤੇ ਉਸੇ ਵਿਅਕਤੀ ਦੀ ਨਿਯੁਕਤੀ ਕਰ ਦਿੰਦੀ ਹੈ? ਕੋਈ ਯੋਗਤਾ ਫਿਕਸ ਨਹੀਂ ਕੀਤੀ ਗਈ ਅਜੇ ਤੱਕ, ਕੋਈ ਨਿਯਮ ਨਹੀਂ ਐਸਾ ਫਿਕਸ ਕੀਤਾ ਗਿਆ ਜਿਨ੍ਹਾਂ ਨਿਯਮਾਂ ਤਹਿਤ ਜਥੇਦਾਰ ਦੀ ਨਿਯੁਕਤੀ ਕੀਤੀ ਜਾਂਦੀ ਹੋਵੇ। ਕੋਈ ਐਸਾ ਨਿਯਮ ਨਹੀਂ ਫਿਕਸ ਕੀਤਾ ਗਿਆ ਜਿਨ੍ਹਾਂ ਨਿਯਮਾਂ ਤਹਿਤ ਜਥੇਦਾਰ ਦੀ ਬਰਖਾਸਤਗੀ ਕੀਤੀ ਜਾਂਦੀ ਹੋਵੇ।
ਜਦੋਂ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਯੁਕਤੀ ਕਰ ਦਿੰਦੀ ਹੈ, ਜਦੋਂ ਚਾਹੇ ਉਹਦੀ ਬਰਖਾਸਤਗੀ ਕਰ ਦਿੰਦੀ ਹੈ। ਕਮਾਲ ਦੀ ਗੱਲ ਹੈ, ਇਹਨਾਂ ਨੇ ਖਿਡੌਣਾ ਬਣਾ ਰੱਖਿਆ ਜਥੇਦਾਰ ਅਕਾਲ ਤਖ਼ਤ ਨੂੰ। ਕਹਿੰਦੇ ਨੇ ਕਿ ਅਸੀਂ ਜਥੇਦਾਰ ਹਾਂ ਅਕਾਲ ਤਖ਼ਤ ਦੇ, ਜੋ ਮਰਜ਼ੀ ਕੁਛ ਕਹੀ ਜੋ, ਗੁਰਦੁਆਰਾ ਐਕਟ ਦੇ ਸਾਰੇ ਅਧੀਨ ਨੇ, ਪਾਰਲੀਮੈਂਟ ਦੇ ਅਧੀਨ। ਇਹ ਮਤਲਬ ਇੱਕ ਉਹ ਤਾਂ ਚਲੋ 1925 ਵਾਲਾ ਗੁਰਦੁਆਰਾ ਐਕਟ ਤਾਂ ਪੰਜਾਬ ਅਸੈਂਬਲੀ ਦੁਆਰਾ ਬਣਾਇਆ ਗਿਆ ਸੀ 1925 ਦੇ ਵਿੱਚ। ਮਤਲਬ ਕਿ ਇੱਕ ਸਟੇਟ ਦੀ ਅਸੈਂਬਲੀ ਵੱਲੋਂ ਬਣਾਏ ਗਏ ਕਾਨੂੰਨ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਹੋਈ ਹੈ। ਹੁਣ ਇੱਕ ਜਿਹੜੀ ਕਮੇਟੀ ਖੁਦ ਹੀ ਇੱਕ ਐਕਟ ਦੇ ਅਧੀਨ ਬਣੀ ਹੋਈ ਹੈ, ਉਹ ਇੰਡੀਪੈਂਡੈਂਟ ਕਿੱਥੇ ਹੋ ਗਈ? ਉਹ ਸੋਵਰਿਟੀ ਰੱਖਣ ਵਾਲੀ ਇੱਕ ਸੰਸਥਾ ਕਿਵੇਂ ਹੋਊਗੀ? ਉਹ ਤਾਂ ਐਕਟ ਦੇ ਅਧੀਨ ਹੈ, ਕੋਰਟਾਂ ਦੇ ਅਧੀਨ ਹੈ, ਉਹ ਲੋਕਲ ਕੋਰਟਾਂ ਦੇ ਅਧੀਨ ਵੀ ਆ, ਹਾਈ ਕੋਰਟ ਦੇ ਅਧੀਨ ਵੀ ਆ, ਸਭ ਤੋਂ ਵੱਡੀ ਸੁਪਰੀਮ ਕੋਰਟ ਦੇ ਅਧੀਨ ਹੈ ਉਹ। ਆ ਤੇਰੇ ਕੋਲੇ ਹੈ ਹਰਿਆਣੇ ਦੀ ਕਮੇਟੀ ਦਾ ਸੁਪਰੀਮ ਕੋਰਟ ਨੇ ਇਹ ਆਪ ਹੀ ਫੈਸਲਾ ਲੈ ਕੇ ਗਏ ਸੀ ਸੁਪਰੀਮ ਕੋਰਟ ਵਿੱਚ, ਸੁਪਰੀਮ ਕੋਰਟ ਨੇ ਇਹਨਾਂ ਦੇ ਖਿਲਾਫ਼ ਫੈਸਲਾ ਕਰਤਾ, ਇਹ ਹਾਰ ਗਈ। ਇਹਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਦੇ ਅਧੀਨ ਹੋ ਕੇ ਦੇਸ਼ ਦੀਆਂ ਕੋਰਟਾਂ ਦੇ ਅਧੀਨ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਕੋਰਟਾਂ ਦੇ ਅਧੀਨ ਹੈ? ਤੁਹਾਡਾ ਇਸ ਅਧੀਨ ਸੁਭਾਅ ਵਾਲੀ ਸ਼੍ਰੋਮਣੀ ਕਮੇਟੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨਿਯੁਕਤੀ ਕਰਦੀ ਹੈ, ਇਹ ਹੀ ਆਪਣੀ ਮਰਜ਼ੀ ਨਾਲ ਉਹਦੀ ਬਰਖਾਸਤਗੀ ਕਰ ਦਿੰਦੀ ਹੈ, ਆਪਣੀ ਮਰਜ਼ੀ ਦਾ ਵਿਅਕਤੀ ਲਾਉਂਦੀ ਹੈ। ਕਦੇ ਖਾਲਸਾ ਪੰਥ ਕੋਲੋਂ ਨਹੀਂ ਪੁੱਛਿਆ ਗਿਆ ਕਿ ਕਿਹੜੇ ਵਿਅਕਤੀ ਨੂੰ ਲਾਈਏ? ਘੱਟੋ ਘੱਟ ਖਾਲਸਾ ਪੰਥ ਅੱਗੇ ਕੋਈ 5 ਮੈਂਬਰਾਂ ਦਾ, 10 ਮੈਂਬਰਾਂ ਦਾ ਕੋਈ ਤਾਂ ਪੈਨਲ ਰੱਖੋ, ਕੋਈ ਨੇੜੇ ਤੇੜੇ ਤਾਂ ਪਹੁੰਚੋ, ਕੋਈ ਸਰਬੱਤ ਖਾਲਸਾ ਸਮਾਗਮ ਦੇ ਕਿ ਐਸਾ ਲੱਗੇ ਕਿ ਉਹ ਸਰਬੱਤ ਖਾਲਸਾ ਸਮਾਗਮ ਲੱਗੇ। ਮੇਰਾ ਮਤਲਬ ਨੇੜੇ ਤੇੜੇ ਪਹੁੰਚਣ ਦੇ ਕਹਿਣ ਦਾ ਇਹ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਊਗੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਊਗੀ, ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਊਗੀ, ਤਖ਼ਤ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਹੋਊਗੀ, ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਪ੍ਰਬੰਧਕ ਕਮੇਟੀ ਹੋਊਗੀ, ਹੋਰ ਵੀ ਜਿਹੜੀਆਂ ਲੋਕਲ ਚੁਣੀਆਂ ਹੋਈਆਂ ਸੁਤੰਤਰ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਬੁਲਾ ਲਓ। ਚਲੋ ਜੇ ਤੁਸੀਂ ਨੇੜੇ ਤੇੜੇ ਪਹੁੰਚਣ ਦੀ ਗੱਲ ਕਰਨੀ ਹੈ, ਇਹਨਾਂ ਸਾਰੀਆਂ ਇਲੈਕਟਿਡ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਇਕੱਠੇ ਬੁਲਾ ਕੇ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਬੁਲਾ ਕੇ ਉੱਥੇ ਇਹਨਾਂ ਦਾ ਖੁੱਲ੍ਹਾ ਵਿਚਾਰ ਵਟਾਂਦਰਾ ਸੁਣੋ ਕਿ ਅਸੀਂ ਇਹ ਮੁੱਦੇ ਬਾਰੇ ਵਿਚਾਰ ਕਰਨਾ ਹੈ, ਇਹ ਮੁੱਦੇ ਬਾਰੇ ਅਸੀਂ ਗੁਰਮਤਾ ਕਰਨਾ ਹੈ। ਇਹ ਨੇੜੇ ਤੇੜੇ ਪਹੁੰਚਣ ਵਾਲੀ ਗੱਲ ਹੈ, ਸਰਬੱਤ ਖਾਲਸਾ ਸਮਾਗਮ ਦੀ ਗੱਲ ਅਸਲੀ ਅਰਥਾਂ ਦੇ ਵਿੱਚ ਇਹ ਵੀ ਨਹੀਂ ਹੈਗੀ, ਪਰ ਫਿਰ ਵੀ ਅਸੀਂ ਨੇੜੇ ਤੇੜੇ ਪਹੁੰਚ ਜਾਂਦੇ ਹਾਂ। ਇਹ ਤਾਂ ਹੋ ਗਈ ਸੁਖਵਿੰਦਰ ਜਿਹੜੀ ਵਰਤਮਾਨ ਸਥਿਤੀ ਹੈ ਗੁਰਦੁਆਰਾ ਐਕਟ ਦੇ ਅਧੀਨ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਸੋ ਹੁਣ ਅਗਲੀ ਗੱਲ ਕਿ ਸਰਬੱਤ, ਚਲੋ ਫਿਰ ਵੀ ਜੇ ਆਪਾਂ ਦੇਖੀਏ, ਇਹ ਗੱਲ ਕਰੀਏ ਕਿ ਬਈ ਸੰਕਟ ਆਇਆ ਹੋਇਆ ਹੈ ਸਿੱਖ ਕੌਮ 'ਤੇ, ਜਥੇਦਾਰ ਵੱਲ ਲੋਕ ਦੇਖ ਰਹੇ ਨੇ ਕਿ ਭਾਈ ਜਿਸ ਤਰ੍ਹਾਂ ਵੀ ਤੇਰੀ ਨਿਯੁਕਤੀ ਹੋਈ ਹੈ ਉਹਨੂੰ ਤਾਂ ਰੱਖੋ ਇੱਕ ਪਾਸੇ, ਇਸ ਸਮੇਂ ਤੁਸੀਂ ਜਥੇਦਾਰ ਹੋ, ਇਸ ਸੰਕਟ ਦਾ ਮੁਕਾਬਲਾ ਕਰਨ ਲਈ, ਇਸ ਸੰਕਟ ਨੂੰ ਨਿਵਾਰਨ ਲਈ ਕੁਛ ਕਰੋ। ਜਥੇਦਾਰ ਜੋ ਕੁਛ ਕਰੇਗਾ, ਜੇ ਤਾਂ ਉਹ ਸਰਬੱਤ ਖਾਲਸਾ ਸਮਾਗਮ ਦੇ ਰੂਪ ਵਿੱਚ ਕਰਦਾ, ਫਿਰ ਤਾਂ ਕਾਫੀ ਹੱਦ ਤੱਕ ਉਹ ਪ੍ਰਵਾਨ ਕਰਨ ਯੋਗ ਹੋਵੇਗਾ। ਜੇ ਉਹ ਸਰਬੱਤ ਖਾਲਸਾ ਸਮਾਗਮ ਨੂੰ ਛੱਡ ਕੇ ਕੋਈ ਹੋਰ ਸਮਾਗਮ ਬੁਲਾਉਂਦਾ, ਫਿਰ ਉਹ ਸਾਰੇ ਸਿੱਖ ਜਗਤ ਦੀ ਪ੍ਰਵਾਨਗੀ ਵਾਲਾ ਉਹ ਫੈਸਲਾ ਨਹੀਂ ਹੋਵੇਗਾ। ਸੋ ਇਸ ਕਰਕੇ ਅਗਲੀ ਜਿਹੜੀ ਤੀਜੀ ਗੱਲ ਮੈਂ ਦੱਸਣ ਲੱਗਿਆ ਉਹ ਇਹ ਹੈ ਕਿ ਹੁਣ ਜੇ ਆਪਾਂ ਸਾਰੇ ਪਾਸਿਓਂ ਧਿਆਨ ਹਟਾ ਕੇ ਆਪਾਂ ਇਹ ਗੱਲ ਮੰਨ ਲਈਏ ਕਿ ਚਲੋ ਜਿਸ ਤਰ੍ਹਾਂ ਦਾ ਵੀ ਪ੍ਰਬੰਧ ਹੈ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ, ਉਹਦੇ ਅਧੀਨ ਸਰਬੱਤ ਖਾਲਸਾ ਸਮਾਗਮ ਕਿਵੇਂ ਬੁਲਾਇਆ ਜਾ ਸਕਦਾ ਹੈ? ਆਪਾਂ ਇੱਥੇ ਆਉਂਦੇ ਹਾਂ। ਆਪਾਂ ਜਿਸ ਤਰ੍ਹਾਂ ਦਾ ਵੀ ਪ੍ਰਬੰਧ ਹੈ, ਚੰਗਾ ਹੈ ਮਾੜਾ ਹੈ, ਜਿਸ ਤਰ੍ਹਾਂ ਦਾ ਵੀ ਵਿਅਕਤੀ ਜਥੇਦਾਰ ਦੇ ਤੌਰ 'ਤੇ ਨਿਯੁਕਤ ਕੀਤਾ ਹੋਇਆ ਹੈ, ਭਾਵੇਂ ਕਿ ਵੀ ਨਿਯੁਕਤ ਕੀਤਾ ਹੋਇਆ ਹੈ, ਅਸੀਂ ਇਹਨੂੰ ਮੰਨਦੇ ਨੇ, ਮੰਨਦੇ ਹਾਂ ਕਿ ਜਿਸ ਜੋ ਵੀ ਵਰਤਮਾਨ ਪ੍ਰਬੰਧ ਹੈ ਇਹਦੇ ਤਹਿਤ ਸਾਨੂੰ ਕੀ ਕਰਨਾ ਚਾਹੀਦਾ ਹੈ। ਹੁਣ ਇਹਦੇ ਬਾਰੇ ਗੱਲ ਸੁਣੋ, ਅੱਜ ਅਚਾਨਕ ਤੁਸੀਂ, ਕੱਲ ਵੀ ਸ਼ਾਮੀ ਫੋਨ ਕੀਤਾ, ਅੱਜ ਸਵੇਰੇ ਵੀ ਫੋਨ ਕੀਤਾ, ਤੁਹਾਡੇ ਫੋਨ ਦੇ ਪਿੱਛੋਂ ਮੈਨੂੰ ਹੋਰ ਵੀ ਕਈ ਫੋਨ ਆਏ, ਬਈ ਅੱਜ
30 तरीक नू ही सरबत खालसा समागम की मांग क्यों होने लग पई? ए सोचो अज 30 तरीक नू 30 मार्च नू ही एकदम सारे पासों सरबत खालसा समागम बुलाने की क्यों मांग उठ खड़ी? कल क्यों नहीं उठी, परसों क्यों नहीं उठी? ये कोई खिलौना है सरबत खालसा? भी जे एक बंदा कह दे सरबत खालसा समागम बुलाओ, एक बंदे दे कहण ते बुला लो। जे मर्जी कीती तां सरबत खालसा बुलाओ, जदों मर्जी कीती उदों बुला लो। ये खिलौना है कोई? ये जे सरबत खालसा समागम बुलाना है तां घट्टो घट्ट एक महीने की मोहलत देनी पेगी, भाव के एक महीना पहला समूह सिख जगत नूं सद्दा देना पेगा। सद्दा दिंदे समय समूह सिख जगत नूं दसना पेगा साडा मेन मुद्दा आह है, असी इस मेन मुद्दे बारे विचारां करनियां ने। सरबत खालसा समागम दे विच इस मेन मुद्दे बारे विचारा करन लई समूह जिन्नियां पंथक जथेबंदियां ने, समूह पंथक जथेबंदियां नूं खुला सद्दा दिता जा रहा है कि आपो अपने नुमाइंदियां नूं हुम हुमा के भेजो, ताकि इस करंट मुद्दे बारे असी विचार वटांदरा खुले रूप विच कर सकीए। फिर वो कीता होया विचार वटांदरा श्री गुरु ग्रंथ साहिब की हजूरी विच बह के जो जुड़िया होया सरबत खालसा है, फिर ये अपना गुरमता पास करेगा। वो बारे जदों गुरमता पास होएगा, फिर वो पास होए गुरमते नूं श्री अकाल तख्त साहिब का जथेदार श्री अकाल तख्त साहिब तो जारी करेगा। समझ गए तुसीं मेरी गल नूं? हाँ, हुण अगली गल ते आओ। किहड़ा मुद्दा तुहाडे सामने? 29 तरीक नूं तुसीं क्यों नहीं काल सोचण लगे सरबत खालसा समागम बारे? 30 तरीक नूं ही क्यों सोचण लगे हो? क्योंकि सब नूं पता है भई कल एक वीडियो इंटरव्यू साडे सामने आई है, अमृतपाल सिंह की इंटरव्यू साडे सामने आई है। सानू कोई पता नहीं कि वह सच्ची है जां झूठी है। वह वीडियो किने पाई है फेसबुक ते? किने पाई है? सानू कोई पता नहीं कि उहदे विच बोलण वाला वह व्यक्ति अमृतपाल सिंह ही है जां कोई होर है। उन्हें अपने 4-5 मिनटों के बयान में कहा है, जथेदार साहब को बेनती की है कि सरबत खालसा समागम बुलाया जाए। आ जिहड़ा तुसीं वहीर कत्तण का प्रोग्राम बनाया है, ये मुकाबले से सरबत खालसा समागम बुलाया जाए, उहदे विच विचार वटांदरा किया जाए, पंजाब की सिख जवानी नूं बचाउण लई। सिख जवानी किधर जा रही है? की थोनू कल ही पता लग्या कि सिख जवानी तुहाडी पुठे रस्ते से जा रही है? भी इहनू बचाउणा है। एक व्यक्ति की कॉल है, उस व्यक्ति बारे सानू कोई पता नहीं भी वह सच्ची वीडियो है या झूठी वीडियो है, किने वीडियो पाई है, वह व्यक्ति कित्थे है। ये गल्लां गलत ने, इहदे करके मतलब यह सारा जिहड़ा हैगा ये रौला गौला पै गया। जथेदार भी ने भी उसे वीडियो तो कन्न चुक ले, क्योंकि जथेदार नूं कहता कि सरबत खालसा समागम बुलाओ। पहली मेरी गल सुन लो, सरबत खालसा समागम किसी एक व्यक्ति की जायदाद नहीं, किसी एक व्यक्ति के कहने से सरबत खालसा समागम नहीं बुलाया जा सकता, कोई भी होवे भावे। ये तो फिर भी एक फेसबुक पर पई हुई वीडियो है, पता नहीं कि नहीं वीडी, पता नहीं ये पिछे कौन है। पहला कन्फर्म करो कि यह जो वीडियो बनाने वाला व्यक्ति है, बोलने वाला व्यक्ति है, कित्थे है, सानू आके मिले, जथेदार नूं आके मिले, श्रोमणी कमेटी के मैंबरां नूं आके मिले, इन्हां नूं बेनती करे कि मेरी बेनती है कि सरबत खालसा समागम बुलाया जाए। फिर सोचा जाएगा जे उहदे तों पिछों होर भी जिहड़ियां अपनियां सोसाइटियां ने, पंथक सोसाइटियां ने, कईआं वल्लों इह सद्दा आउणा चाहीदा है। तो जथेदार नूं फिर जिहड़ी उहनां दी सलाहकार कमेटी आ उहदे नाल विचार वटांदरा करना चाहीदा है, श्रोमणी गुरुद्वारा प्रबंधक कमेटी नाल, दिल्ली गुरुद्वारा प्रबंधक कमेटी नाल, हरियाणे की गुरुद्वारा प्रबंधक कमेटी नाल, होर जिन्नियां लोकल चुनिया हुई कमेटियां ने उहनां नाल सारिआं नाल यह फैसला सलाह करनी चाहीदी है कि आपां नूं सरबत खालसा समागम करना चाहीदा है।
ਤੇ ਉਹ ਜਦੋਂ ਤੁਹਾਨੂੰ ਸਲਾਹ ਦੇਣਗੀਆਂ ਤੇ ਫਿਰ ਤੁਸੀਂ ਕੋਈ ਫੈਸਲਾ ਕਰ ਸਕਦੇ ਹੋ। ਹੁਣ ਤਾਂ ਤੁਸੀਂ ਕਿਸੇ ਨਾਲ ਸਲਾਹ ਹੀ ਨਹੀਂ ਕੀਤੀ, ਬਿਨਾਂ ਸਲਾਹ ਕੀਤੇ ਦੇ ਕਿਸੇ ਪੰਥਕ ਜਥੇਬੰਦੀ ਨਾਲ ਤੁਸੀਂ ਆਪਣੀ ਮਰਜ਼ੀ ਨਾਲ ਇੱਕ 13 ਦਿਨਾਂ ਦੇ ਵਕਫੇ ਦੇ ਨਾਲ ਤੁਸੀਂ ਸਰਬੱਤ ਖਾਲਸਾ ਸਮਾਗਮ ਬੁਲਾਓਗੇ, ਇਹ ਤਾਂ ਇੱਕ ਖਿਡੌਣਾ ਬਣ ਜਾਏਗਾ ਭਾਈ, ਮਖੌਲ ਬਣ ਜਾਏਗਾ ਇੱਕ ਵਿਅਕਤੀ ਦੇ ਕਹਿਣ 'ਤੇ ਜੇ ਤੁਸੀਂ ਸਰਬੱਤ ਖਾਲਸਾ ਸਮਾਗਮ ਬੁਲਾ ਲਿਆ। ਸੋ ਇਹ ਨਾ ਤਾਂ ਇੱਕ ਵਿਅਕਤੀ ਦੇ ਕਹਿਣ 'ਤੇ ਸਰਬੱਤ ਖਾਲਸਾ ਸਮਾਗਮ ਬੁਲਾਇਆ ਜਾ ਸਕਦਾ, ਨਾ ਹੀ ਇਹ ਠੀਕ ਹੈ, ਨਾ ਹੀ ਸਰਬੱਤ ਤੇ ਵਿਸਾਖੀ ਤੱਕ ਕੋਈ ਇੰਨਾ ਸਮਾਂ ਹੈ ਕਿ ਜਿਸ ਸਮੇਂ ਦੇ ਦੌਰਾਨ ਤੁਸੀਂ ਸਾਰੇ ਸਿੱਖ ਜਗਤ ਨੂੰ ਕਾਲ ਕਰ ਸਕੋ ਤੇ ਉਹਨੂੰ ਤਿਆਰ ਕਰ ਸਕੋ ਇੱਥੇ ਹਾਜ਼ਰੀਆਂ ਭਰਨ ਲਈ। ਜਿਵੇਂ ਆਪਾਂ ਪਿਛਲੀ ਚਰਚਾ ਕੀਤੀ ਸੀ ਕਿ ਅੰਮ੍ਰਿਤਪਾਲ ਦਾ ਸੰਕਟ ਪੰਥਕ ਸੰਕਟ ਨਹੀਂ ਹੈਗਾ, ਤਾਂ ਫਿਰ ਕਿਹੜੇ ਹਾਲਾਤ ਸਰਬੱਤ ਖਾਲਸਾ ਸੱਦਿਆ ਜਾਵੇ? ਜਾਂ ਜਿਵੇਂ ਮੈਂ ਕਿਹਾ ਕਿ ਇਤਿਹਾਸਕ ਪਿਛੋਕੜ ਕੀ ਦੱਸਦਾ, ਤੁਸੀਂ ਕਿਹਾ ਕਿ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਉਹ ਚਲੋ ਵੱਖਰਾ ਸਵਾਲ ਹੈ, ਪਰ ਇਤਿਹਾਸਕ ਪਿਛੋਕੜ ਸਰਬੱਤ ਖਾਲਸਾ ਦਾ ਕੀ ਦੱਸਦਾ ਕਿ ਕਿੰਨਾ ਹਾਲਾਤਾਂ ਸੱਦਿਆ ਗਿਆ ਤੇ ਫਿਰ ਉਹਦੇ ਸਿੱਟੇ ਕੀ, ਉਹਦਾ ਕੌਮ ਨੂੰ ਫਾਇਦਾ ਕੀ ਹੋਇਆ, ਕਿਸ ਪਾਸੇ ਵੱਲ ਨੂੰ ਗਿਆ ਉਹ? ਦੇਖੋ ਮੈਂ ਲੰਬੀ ਗੱਲ ਤਾਂ ਨਹੀਂ ਕੀਤੀ ਕਿ ਆਪਣੀ ਲੰਬੀ ਗੱਲ ਇਤਿਹਾਸਕ ਪਿਛੋਕੜ ਦੱਸਦਿਆਂ ਹੀ ਬੀਤ ਜਾਣੀ ਹੈ। ਸੰਖੇਪ ਜੀਆਂ ਗੱਲਾਂ ਨੇ ਕਿ ਘੱਟੋ ਘੱਟ ਸਰਬੱਤ ਖਾਲਸਾ ਸਮਾਗਮ ਜਦੋਂ ਬੁਲਾਉਣਾ ਹੈ ਤਾਂ ਘੱਟੋ ਘੱਟ ਇੱਕ ਮਹੀਨੇ ਦਾ ਵਕਫਾ ਜ਼ਰੂਰ ਹੋਣਾ ਚਾਹੀਦਾ, ਘੱਟੋ ਘੱਟ। ਤੇ ਤੁਹਾਨੂੰ ਜਿਹੜਾ ਤੁਹਾਡੇ ਸਾਹਮਣੇ ਮੇਨ ਮੁੱਦਾ ਹੈ ਉਹ ਵੀ ਲੋਕਾਂ 'ਚ ਜਾਣਾ ਚਾਹੀਦਾ ਹੈ ਕਿ ਆਪਾਂ ਨੇ ਸਰਬੱਤ ਖਾਲਸਾ ਸਮਾਗਮ ਦੇ ਵਿੱਚ ਇਸ ਮੇਨ ਮੁੱਦੇ ਬਾਰੇ ਵਿਚਾਰਾਂ ਕਰਨੀਆਂ ਹਨ। ਤੇ ਤੁਸੀਂ ਸਮੂਹ ਪੰਥਕ ਜਥੇਬੰਦੀਆਂ ਨੂੰ ਆਉਣ ਦਾ ਖੁੱਲ੍ਹਾ ਸੱਦਾ ਦੇਣਾ ਹੈ, ਇਹ ਘੱਟੋ ਘੱਟ ਇਤਿਹਾਸਕ ਪਿਛੋਕੜ ਦੇ ਅਨੁਸਾਰ ਹੈ। ਮੈਂ ਘੱਟ ਤੋਂ ਘੱਟ ਗੱਲ ਕੀਤੀ ਹੈ ਤਾਂ ਕਿ ਛੇਤੀ ਗੱਲ ਨਿਬੇੜ ਦੇਈਏ। ਵੈਸੇ ਮੈਂ ਜੇ ਤੁਹਾਨੂੰ ਦੱਸਦਾ ਇਤਿਹਾਸ ਦੀ ਗੱਲ, ਸਾਲ ਵਿੱਚ ਦੋ ਸਰਬੱਤ ਖਾਲਸਾ ਸਮਾਗਮ ਹੁੰਦੇ ਸੀ, ਇੱਕ ਵਿਸਾਖੀ ਦੇ ਮੌਕੇ 'ਤੇ ਇੱਕ ਦੀਵਾਲੀ ਦੇ ਮੌਕੇ 'ਤੇ, ਦੋਹਾਂ ਦੇ ਵਿਚਕਾਰ 6-6 ਮਹੀਨਿਆਂ ਦਾ ਅੰਤਰ ਹੈ, ਤਕਰੀਬਨ 6-6 ਮਹੀਨਿਆਂ ਦਾ। ਇਹ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ ਕਿ ਪਹਿਲੇ ਸਰਬੱਤ ਖਾਲਸਾ ਸਮਾਗਮ ਤੋਂ ਪਿੱਛੋਂ ਤਕਰੀਬਨ ਅੰਦਾਜ਼ਨ 6 ਮਹੀਨਿਆਂ ਬਾਅਦ ਅਗਲਾ ਸਰਬੱਤ ਖਾਲਸਾ ਸਮਾਗਮ ਹੁੰਦਾ ਸੀ ਤੇ ਉਹਦੇ ਵਿੱਚ ਜਿਹੜੇ ਮੁੱਦੇ ਗੁਰਮਤੇ ਦੇ ਰੂਪ ਵਿੱਚ ਪਾਸ ਕੀਤੇ ਜਾਂਦੇ ਸੀ ਉਹਨਾਂ ਗੁਰਮਤਿਆਂ ਨੂੰ ਅਗਲੇ 6 ਮਹੀਨਿਆਂ ਵਿੱਚ ਪ੍ਰੈਕਟੀਕਲ ਰੂਪ ਵਿੱਚ ਜਾਰੀ ਕਰਵਾਉਣਾ ਹੁੰਦਾ ਸੀ। ਇਹ ਮੋਟੇ ਜਿਹੇ ਰੂਪ ਦੇ ਵਿੱਚ ਇਤਿਹਾਸਕ ਪਿਛੋਕੜ ਵਾਲੀ ਗੱਲ ਕੀਤੀ ਜਾ ਸਕਦੀ ਹੈ ਸਰਬੱਤ ਖਾਲਸਾ ਸਮਾਗਮਾਂ ਦੇ ਸੰਬੰਧ ਵਿੱਚ। ਮੇਰਾ ਪ੍ਰੋਫੈਸਰ ਸਾਹਿਬ ਸਵਾਲ ਹੁਣ ਇਹਨੂੰ ਲੈ ਕੇ ਇਹ ਆ ਕਿ ਜਿਵੇਂ ਤੁਸੀਂ ਚਲੋ ਹੁਣ ਜਥੇਦਾਰ ਸਾਹਿਬ ਵਾਲੀ ਗੱਲ ਕਰ ਹੀ ਲੈਂਦੇ ਹਾਂ ਕਿਉਂਕਿ ਛਿੜ ਗਈ ਆ ਉਹ, ਜਿਹੜੇ ਗੁਰੂ ਸਾਹਿਬ ਦੇ ਵੇਲੇ, ਕਿਉਂਕਿ ਤਖ਼ਤ ਸਾਹਿਬ ਦੀ ਸਥਾਪਨਾ ਜਿਹੜੀ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਵੇਲੇ ਤੋਂ ਮੀਰੀ ਪੀਰੀ ਦਾ ਸਿਧਾਂਤ ਤੋਂ ਸ਼ੁਰੂ ਹੋਇਆ, ਉਸ ਤੋਂ ਬਾਅਦ ਇਹ ਵੀ ਇਹ ਗੱਲ ਕਹਿ ਦਿੰਦੇ ਨੇ ਕਿ ਸ਼੍ਰੋਮਣੀ ਕਮੇਟੀ ਇੱਕ ਵੱਖਰੀ ਆ ਤੇ ਅਕਾਲ ਤਖ਼ਤ ਸਾਹਿਬ ਇੱਕ ਖੁਦ ਮੁਖਤਿਆਰੀ ਆ ਉਸ ਚੀਜ਼ ਦੀ ਕਿ ਉੱਥੇ ਕੋਈ ਜਥੇਦਾਰ ਰਹਿਣਾ ਜਾਂ ਜਥੇਦਾਰ ਦੀ ਨਿਯੁਕਤੀ ਹੋਣਾ ਜਾਂ ਉਹ ਸਾਰਾ ਹੋਣਾ। ਗੁਰੂ ਸਾਹਿਬ ਦੇ ਤੋਂ ਲੈ ਕੇ ਜਿਹੜੇ ਜਥੇਦਾਰ ਪਹਿਲਾਂ ਬਣਦੇ ਆਏ ਨੇ, ਇਹਨਾਂ ਸਿਆਸਤਦਾਨਾਂ ਦੀ ਗੱਲ ਛੱਡ ਕੇ ਜੇ ਆਪਾਂ ਮਹਾਰਾਜ ਸਿੰਘ ਦੇ ਸਮੇਂ ਤੱਕ ਦੀ ਗੱਲ ਕਰ ਲਈਏ ਕਿ ਉਹ ਸਾਰਾ ਕੁੱਝ ਉਹਨਾਂ ਦੀ ਚੋਣ ਨੂੰ ਲੈ ਕੇ, ਜਾਂ ਉਦੋਂ ਕਦੇ ਇਹੋ ਜਿਹਾ ਕੋਈ ਵਿਵਾਦ ਖੜਾ ਹੋਇਆ ਕਿ ਇਹ ਚੋਣ ਗਲਤ ਹੈ ਜਾਂ ਕਿਉਂ ਕੀਤੀ ਗਈ, ਜਾਂ ਕਿਹੜੇ ਮਾਪਦੰਡ ਨੇ, ਕੀ ਉਹਦਾ ਪੈਮਾਨਾ ਰੱਖਿਆ ਜਾਂਦਾ ਕਿ ਜਥੇਦਾਰ ਦੀ ਸਿੱਖਿਆ ਜਾਂ ਹੋਵੇ? ਸੁਣੋ ਦੇਖੋ ਮੈਂ ਸੰਖੇਪ 'ਚ ਹੀ ਦੱਸਾਂਗਾ ਕਿਉਂਕਿ ਬਹੁਤ ਲੰਬੀਆਂ ਗੱਲਾਂ ਨੇ ਇਹ, ਪਰ ਮੈਂ ਸੰਖੇਪ ਵਿੱਚ ਹੀ ਦੱਸਾਂਗਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਹੋਈ। ਜਦੋਂ ਤੱਕ ਗੁਰੂ ਕਾਲ ਰਿਹਾ, ਗੁਰੂ ਸਾਹਿਬਾਨ ਦੇ ਹੁੰਦੇ ਗੁਰੂ ਸਾਹਿਬਾਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਨਿਯੁਕਤ ਕਰਦੇ ਰਹੇ ਅਤੇ ਇਹਦੀ ਸੇਵਾ ਸੰਭਾਲ ਹੁੰਦੀ ਰਹੀ। ਬੰਦਾ ਸਿੰਘ ਬਹਾਦਰ ਵੇਲੇ ਲੜਾਈਆਂ ਦਾ ਦੌਰ ਸੀ, ਰੈਵੋਲਿਊਸ਼ਨ ਦਾ ਦੌਰ ਸੀ, ਤੇ ਰੈਵੋਲਿਊਸ਼ਨ ਦੇ ਦੌਰ ਵਿੱਚ, ਲੜਾਈਆਂ ਦੇ ਦੌਰ ਵਿੱਚ ਆਪਣੇ ਧਾਰਮਿਕ ਸੰਸਥਾਵਾਂ ਦੀ ਸੇਵਾ ਸੰਭਾਲ ਕਰਨੀ ਬਹੁਤ ਔਖੀ ਹੁੰਦੀ ਹੈ ਤੇ ਉਦੋਂ ਸਾਡੇ ਕੋਲੋਂ ਸਾਡੇ ਅਸਥਾਨ ਇਗਨੋਰ ਵੀ ਹੁੰਦੇ ਰਹੇ ਤੇ ਅਸੀਂ ਸੇਵਾ ਸੰਭਾਲ ਕਰਦੇ ਵੀ ਰਹੇ। ਮੁੱਖ ਰੂਪ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਜਦੋਂ ਸਰਬੱਤ ਖਾਲਸਾ ਸਮਾਗਮ ਹੋਣ ਲੱਗੇ ਨੇ, ਇਹ ਮਿਸਰਾਂ ਦੇ ਪੀੜ ਵਿੱਚ ਹੋਣ ਲੱਗੇ ਨੇ। ਸੁਖਵਿੰਦਰ ਜੀ, ਮਿਸਰਾਂ ਦੇ ਪੀੜ ਵਿੱਚ, ਮਿਸਰਾਂ ਦੇ ਵਿੱਚੋਂ ਇੱਕ ਮਿਸਲ ਸ਼ਹੀਦੀ ਮਿਸਲ ਦੇ ਨਾਂ ਹੇਠ ਬਣੀ ਹੁੰਦੀ ਸੀ, ਜੇ ਤੁਹਾਨੂੰ ਪਤਾ ਹੋਵੇਗਾ ਜੀ, ਸ਼ਹੀਦੀ ਮਿਸਲ। ਤੇ ਉਹ ਮਿਸਲ ਬਾਬਾ ਦੀਪ ਸਿੰਘ ਦੀ ਅਗਵਾਈ 'ਚ ਬਣੀ ਹੁੰਦੀ ਸੀ। ਜਿੰਨਾ ਮਿਸਲ ਪੀਰੀਅਡ ਸੀ, ਜਿੰਨਾ ਮਿਸਲ ਕਾਲ ਸੀ, ਮਿਸਲ ਕਾਲ ਦੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਬਾਬਾ ਦੀਪ ਸਿੰਘ ਦੀ ਸ਼ਹੀਦੀ ਮਿਸਲ ਹੀ ਕਰਦੀ ਹੁੰਦੀ ਸੀ। ਜਦੋਂ ਤੱਕ
खालसा राज कायम नहीं हो गया, श्री अकाल तख्त साहिब की सांभ संभाल शहीदी मिसल के जथेदार ही करते रहे। अखीरला जथेदार भाई गुरबख्श सिंह सी, जो श्री अकाल तख्त साहिब की माण मर्यादा दी राखी करता होया अहमद शाह अबदाली दिया 30,000 फौजा का मुकाबला करता होया श्री अकाल तख्त साहिब से शहीद हो गया सी। फिर खालसा राज दे दौरान सानू कोई प्रॉब्लम नहीं आई, ना संकट आया कोई राजनीतिक, इस करके खालसा राज दे दौरान ये संस्थावां धार्मिक तौर पर ही चलदियां रहियां, राजनीतिक खेत्र दे विच अगवाई ना लोड़ पई ना ही उहदी लोड़ सी, क्योंकि सानू कोई संकट नहीं सी आया। सॉरी, श्री अकाल तख्त साहब उस समय ही सिख कौम की अगवाई लई सामने आउंदा रहा है, जदों सिख कौम नूं पहली गल तां लीडरशिप की संकट हो गई। जदों लीडरशिप नूं संकट हुंदा है, उस संकट नूं निवारण लई लीडरशिप श्री अकाल तख्त साहब ते इकट्ठी हुंदी है, तां कि आपदी एक सर्व प्रवानित लीडरशिप चुन सके। फॉर एग्जाम्पल, बंदा सिंह बहादुर की शहादत तो बाद लगातार 18-19 साल का जिहड़ा वक्फा सी वह सिखां दे उत्ते अते अंत अते भयानक जुल्मां दा समां सी। सिख कौम घरां चों उजड़ के जंगलां बियावानां विच चली गई सी। जदों दुबारा 19-20 साल दे बाद सिखां ने री अमर्ज कीता समाजिक लाइफ दे विच, तां उदों सिखां नूं अपनी नवीं लीडरशिप चुनण दी लोड़ पई। भाई मनी सिंह ने सलाह दित्ती कि तुसीं श्री अकाल तख्त साहिब ते इकट्ठे होवो, श्री गुरु ग्रंथ साहिब दी हजूरी विच इकट्ठे होवो अते गुरमता करो, गुरमता करके अपनी एक लीडरशिप चुन लो। ते उस समय लीडरशिप चुनी गई नवाब कपूर सिंह दे रूप विच। ये पहली लीडरशिप सी, इहदा साल जिहड़ा समा बनता है 1734-35 का समा बनता है अंदाजन, कोई घट वध भी हो सकता है अंदाजन। ते पहली लीडरशिप असी सरबत खालसा समागम राही श्री अकाल तख्त साहिब तो नवाब कपूर सिंह जी की चुनी सी। इस तो बाद फिर जिन्निया जदों भी चोणा हुंद जदों भी लीडरशिप की चोण करनी सी सरबत खालसा समागम हुंदे सी, फिर नवाब जस्सा सिंह आलूवालिए की नियुक्ति की गई, दल खालसा बनाया गया। इस तरीके नाल फिर मगरों बाबा दीप सिंह दी शहीदी मिसल ने यह सारा प्रबंध संभाल लिया सी, ते ए थ्रू आउट दा मिसल पीड बाबा दीप सिंह दी शहीदी मिसल ही श्री अकाल तख्त साहिब दा प्रबंध करदी रही। फिर खालसा राज हो गया, खालसा राज तो बाद अंग्रेजी राज हो गया, अंग्रेजी राज दे विच कौम ही गुलाम हो गई, कौम दे गुलाम होण नाल उहदे गुरद्वारे भी गुलाम हो गए, श्री अकाल तख्त साहिब भी गुलामी की स्थिति विच पहुँच गया। फिर 1947 आ गई, 1925 आ गया, 1925 दे विच गुरद्वारा एक्ट बन गया, गुरद्वारा एक्ट ने श्रोमणी कमेटी बनाती, श्रोमणी कमेटी ने पहली बार अपना जथेदार चुन लिया तेजा सिंह भुच्चर के रूप में। तेजा सिंह भुच्चर पहला जथेदार सी जिहड़ा 1925 के एक्ट के मुताबक पहली बार श्री अकाल तख्त साहिब तो चुनिया गया। उस तो बाद फिर श्रोमणी कमेटी ही नियुक्ति कर लग गई, श्रोमणी कमेटी ही बर्खास्तगी कर लग गई। यह उमें जिमें चलिया आ रहा है, पर गुरद्वारा एक्ट के अनुसार श्री अकाल तख्त साहिब की नियुक्ति ते बर्खास्तगी करनी यह ठीक नहीं है, यह श्री अकाल तख्त साहिब दी परंपरावां नाल मेल नहीं खाती। इस सरबत खालसे दी परंपरावां अनुसार सरबत खालसा ही श्री अकाल तख्त साहिब दे जथेदार की नियुक्ति कर सकता है, सरबत खालसा सामने ही जथेदार जवाबदेह है, सरबत खालसा ही उहदियां योगतावां फिक्स करन दा अधिकारी है, होर कोई संस्था अधिकारी नहीं। अज श्री अकाल तख्त साहिब दा जथेदार श्रोमणी कमेटी वालों नियुक्त किया होया, फिर भी जे वह सरबत खालसा समागम बुलाना चाहता है तो उन्हूं पहली शर्त तो यह है कि उन्हूं समूह पंथक जथेबंदियों नूं खुला सद्दा देना होएगा। खुले सद्दे दे देण समय उन्हूं यह जिहड़ा मुद्दा विचारना है वह दसना पऊगा सारे सिख कौम नूं कि आपां ने इस मुद्दे ते विचार वटांदरा करना है। यह संखेप जिही गल है। मैं जानते सिर्फ यह जानना चाहूंगा क्योंकि दर्शक भी बड़े उत्सुक होंगे इन लैके कि एक पास तो श्री अकाल तख्त साहब के कार्यकारी जथेदार, दूजे पास अमृतपाल सिंह का, तीजे पास सिख विद्वान या बुद्धिजीवी लोग
लोग किहदी सुनण, मतलब कि लोग यह जानना चाहते हैं कि इहो जिहे हालात दे विच जदों इदां कईआं नूं लगता होएगा कि यह पंथक संकट है, कईआं नूं अमृतपाल का संकट लगता, जां मतलब कि लोग यह सोचते होणगे कि हुण असीं किहड़े पासे वल नूं तुरीए, किहनूं सही मन्नीए। तुहाडी गल ठीक, तुहाडी गल बिल्कुल ठीक है, गल कोई भी ठीक नहीं है। हुण किहदे अगे असीं रोईए सुखविंदर, किहदे अगे जाके दुहाई पाईए? आपां कल भी गल कर चुके हां, अज फिर मैं वार वार कह रहा, एक बंदे दे कहने ते सरबत खालसा समागम नहीं बुलाया जा सकता, वो बंदे बारे भी सानू कोई पक्का यकीन नहीं कि वो असली है या नकली है। पहली गल तो इत्थे खड़ी है गल, जे मैनू जथेदार पुछूगा मैं यही गल्लां जवाब देंगा उन्होंने। दूजी गल, ये जथेदार कार्यकारी है, पिछले 5-6 साल तो कार्यकारी ही चले आ रहा, जिहड़ा पंथक रवायतां दे अनुसार ठीक नहीं, सारा कुछ ही गलत हो रहा है। की करोगे दसो, ये सारे कुछ नू फरोल के की करोगे? जिन्ना फरोली जाओगे उन्ना ही सब कुछ तुहाडे सामने खलारा पैंदा रहेगा, उन्ना ही खलारा पैंदा रहेगा। की करोगे तुसी? किन्नी की गल मेरे मुंह चो कहाई जाओगे? बिल्कुल। सो इस अजिहे हालत विच जे तुसी चंगी तरह सलाह करके भाई कोई चंगा रस्ता उलीक सकदे हो, वह चंगा रस्ता उलीक लो, पंथक संस्थावां नाल सलाह करो, सलाह करके फिर सरबत खालसा समागम बुलायो। बिना सलाह करन ते सरबत खालसा समागम बुलाउण दा कोई मतलब नहीं हैगा, एक बंदे दे कहण ते कोई मतलब जी। सो मेरी ताई नी कपीर जी, शुक्रिया प्रोफेसर साहब, धन्यवाद तुहाडा। ओके जी, पैसा ओके, सत श्री अकाल।